ਅਸਲਾਮੁਆਲੇਕਮ ਜੀ ਜਨਾਬ ਅੱਜ ਤੁਹਾਡੀ ਖਿਦਮਤ ਲੈ ਕੇ ਆਇਆ ਕੈਰੀ ਡੱਬਾ ਬੁਲਾਨ ਫਾਰ ਸੇਲ ਜਨਾਬ ਇੱਕ ਸਾਡੇ ਕਰੀਬੀ ਤਲਾਕ ਵਾਲੇ ਦੋਸਤ ਦਾ ਜਨਾਬ ਗੱਡੀ ਦੀ ਜਿਹੜੀ ਕੰਡੀਸ਼ਨ ਹੈ ਰਿਵਿਊ ਵੇ ਓਨਲੀ ਤੁਸੀਂ ਆਪ ਹੀ ਕਰਨ ਜਨਾਬ ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਦਾ ਕੱਖ ਦਾ ਨਹੀਂ ਪਤਾ ਲੱਗਦਾ ਮੇਰੇ ਕਰੀਬੀ ਤਲਾਕ ਵਾਲੇ ਦੋਸਤ ਦੀ ਗੱਡੀ ਹੈ ਜਨਾਬ ਉਹਨੇ ਕਹ ਜਨਾਬ ਫਾਰ ਸੇਲ ਹੈ ਵੀਡੀਓ ਲਾ ਦਿਓ YouTube ਤੇ ਬਾਕੀ ਮੈਨੂੰ ਪਤਾ ਪਤਾ ਕੋਈ ਨਹੀਂ ਲੱਗਦਾ ਜਨਾਬ ਮੈਂ ਇਸ ਦੀ ਕੀਮਤਾਂ ਤੇ ਮਾਡਲਾਂ ਤੇ ਲੋਕੇਸ਼ਨਾਂ ਤੇ ਸਾਰੀਆਂ ਕੁਝ ਨੰਬਰ ਕਿੱਥੋਂ ਦਾ ਲੱਗਾ ਹੋਏ ਉਹ ਵੀ ਤੁਹਾਨੂੰ ਦੱਸਦਾ ਆਵਾਂਗਾ। ਬਾਕੀ ਮੈਨੂੰ ਕੋਈ ਚੀਜ਼ ਨਹੀਂ ਦਾ ਨਹੀਂ ਇਲਮ। ਜਨਾਬ ਤੁਸੀਂ ਗੱਡੀ ਦਾ ਰਿਵਿਊ ਆਪ ਕਰ ਲਓ। ਤਾਂ ਮੈਂ ਇਸੇ ਵਜ੍ਹਾ ਤੋਂ ਮੈਂ ਕਿਹਾ ਚਲੋ ਖاموش ਬੈਠਣ ਨਾਲ ਤੁਹਾਡਾ ਨਾਲ ਹਾਲ ਚਵਾਲ ਕਰ ਲਵਾਂ। ਤਾਂ ਜਿਹੜੇ ਵੀ ਮੇਰੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਘੰਟੀ ਦਾ ਨਿਸ਼ਾਨ ਤੁਹਾਨੂੰ ਆਲ ਤੇ ਕਰ ਦੇਣ। ਤੇ ਨਾਲ ਮੇਰੀ ਵੀਡੀਓ ਕਿਦਾਂ ਦੀ ਲੱਗਦੀ ਹੈ ਕਮੈਂਟ ਜ਼ਰੂਰ ਕਰਨਾ ਜਨਾਬ ਟਾਇਰਾਂ ਦੀ ਕੰਡੀਸ਼ਨ, ਇੰਟੀਰੀਅਰ ਇਸ ਦਾ ਅੰਦਰ ਦਾ ਚੈੱਕ ਕਰੋ ਜਨਾਬ। ਸੀਟਾਂ, ਸੂਟਾਂ ਜਿਹੜੀ ਚੀਜ਼ ਮੈਨੂੰ ਨਜ਼ਰ ਆ ਰਹੀ ਹੈ ਮੈਂ ਤੁਹਾਨੂੰ ਦੱਸਦਾ। ਛੱਤ ਦੀ ਕੰਡੀਸ਼ਨ ਡੱਬੇ ਡੁੱਬੇ ਲੱਗੇ ਹੋਏ ਨੇ ਜਨਾਬ ਇਸ ਦਾਗੇ ਮਸ਼ੀਨਰੀ ਹੈ ਜਨਾਬ ਚੈੱਕ ਕਰੋ ਬਾਕੀ ਕੰਡੀਸ਼ਨ ਚੈੱਕ ਕਰੋ ਤੇ ਤੁਹਾਨੂੰ ਨਾ ਇਸ ਦੀ مزید ਜੜੀ ਆ ਅਸੀਂ ਤਫਸੀਲ ਦਿੰਨੇ ਆ ਸਾਰੀ ਗੱਡੀ ਦਾ ਰਿਵਿਊ ਕਰੋ ਮਾਡਲ ਕੀ ਮਤਲਬ ਲੋਕੇਸ਼ਨ ਦੱਸ ਦਿਆਂ ਹਾਂਜੀ ਜਨਾਬ ਤੁਸੀਂ ਗੱਡੀ ਦਾ ਰਿਵਿਊ ਕਰੋ ਤੁਸੀਂ ਤਰੇੰਦਰ ਲਿੰਗ ਦੇ ਗੱਡੀ ਦੀ ਡਿਟੇਲ ਸਭ ਤੋਂ ਪਹਿਲੇ ਤਾਂ ਗੱਡੀ ਦੇ ਕਰਦੇ ਮਾਡਲ ਦੀ ਗੱਲ ਇਹ ਕੈਰੀ ਡੱਬਾ ਬੋਲਨ ਜਨਾਬ ਮਾਡਲ ਹੈ 2015 ਦਾ 2015 ਮਾਡਲ ਹੈ ਅਗਰ ਇਸ ਦੀ ਲੋਕੇਸ਼ਨ ਦੀ ਗੱਲ ਕਰੀਏ ਜਨਾਬ ਤਾਂ ਲੋਕੇਸ਼ਨ ਇਸ ਦੇ ਬਹਾਵਲ ਨਗਰ ਬਹਾਵਲ ਨਗਰ ਲੋਕੇਸ਼ਨ ਤੇ ਕੈਰੀ ਡੱਬਾ ਦੇਖਾ ਜਾ ਸਕਦਾ ਜਨਾਬ ਤਾਂ 15 ਮਾਡਲ ਹੈ L W E 9281 ਨੰਬਰ ਹੈ ਜਨਾਬ ਤੇ ਅਗਰ ਇਸ ਦੀ ਡਿਮਾਂਡ ਦੀ ਗੱਲ ਕਰੇ ਜਨਾਬ ਤਾਂ ਮਾਲਕ ਇਸ ਦੀ ਡਿਮਾਂਡ ਕਰ ਰਹੇ ਨੇ 1050000 ਰੁਪਇਆ ਸਾਢੇ 10 ਲੱਖ ਰੁਪਇਆ ਮਾਲਕ ਇਸ ਦੀ ਡਿਮਾਂਡ ਕਰ ਰਿਹਾ ਜਿਹੜਾ ਮਾਲਕ ਦਾ ਮੋਬਾਈਲ ਨੰਬਰ ਹੈ ਸਕਰੀਨ ਤੇ ਸ਼ੋਅ ਹੋ ਰਿਹਾ ਮਾਲਕ ਨਾਲ ਰਾਬਤਾ ਕਰ ਲਓ ਨੰਬਰ ਲਾਹੌਰ ਦੇ ਕਾਪੀ ਰਜਿਸਟਰਡ ਲਾਹੌਰ ਦੇ ਲੱਗੇ ਹੋ ਜਨਾਬ ਇਸ ਨੂੰ ਬਾਕੀ ਜਿਹੜੀ ਕੰਡੀਸ਼ਨ ਹੈ ਤੁਹਾਡੇ ਸਾਹਮਣੇ ਹੈ ਕੇਰੀ ਡੱਬਾ ਬੁਲਾਨ ਫਾਰ ਸੇਲ ਤਾਂ ਸਾਨੂੰ ਦੋ ਇਜਾਜ਼ਤ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਥੈਂਕਸ ਫॉर ਵਾਚਿੰਗ ਸ਼ੇਖ ਵਲੋਗ